ਮੁਗੋ ਸਖਤ ਡਿਪਰੈਸ਼ਨ ਹੋਏ ਦਾ ਟੀ ਵੀ 'ਤੇ ਨਹਾਉਂਦਾ ਤਾਂ ਕੱਪੜੇ ਪਾਰ ਛੱਡਦਾ ਤੂੰ ਕੋਈ ਪੁੱਛਣਾ ਵੀ ਜ਼ਹਿਰ ਲੱਗਦਾ ਮਗਰ ਕੀ ਕਰਾਂ ਮਾੜੀ ਜਾਬ ਆ ਮਾੜੀ ਤਨਖਾਹ ਘੱਟ ਛੱਡ ਸਨ ਜੇ ਤੂੰ ਕੋਈ ਨਾ ਪੁੱਛਿਆ ਕਿਹਾ ਕੀ ਜੀ ਭਾਣਾ ਵਰਤ ਗਿਆ ਕਿਸਮਤ ਆ ਸਾਥ ਨਾ ਦਿੱਤਾ ਅਸਾਂ ਕਿਆਮਤੀ ਬੈਟਿੰਗ ਕੀਤੀ ਆ ਸੀ ਮਗਰ ਉਹ ਗੋਰੇ ਪਤਾ ਨਹੀਂ ਕਿ ਖਾ ਆਏ ਸਨ ਪਹਿਲਾਂ ਉਸ ਵਾਰਨਰ ਜਨਾ ਕੋ ਮੁਸ਼ਕਿਲ ਨਾਲ ਟੜਾ ਆਊਟ ਕੀਤਾ ਫਿਰ ਦੂਆ ਗੋਰਾ ਆ ਗਿਆ ਉਹ ਵੀ ਜਿੰਨ ਨਿਕਲਿਆ ਹਸਨ ਅਲੀ ਮਾੜਾ ਦੋਸਤ ਆ ਸਿਆ ਮਗਰ ਹੁਣ ਘੱਟੀ ਹੋ ਗਈ ਆ ਆਪਣੀ ਈਦਾ ਕੇ ਗਿਫਟ ਵੀ ਆਪਣੇ ਆਪਣੇ ਵਾਪਸ ਕਰਤਾ ਸੀ ਹਵਾ ਹੋਸ਼ ਕਰਵਾ ਹਸਨ ਅਲੀ ਮਗਰ ਚੜ ਗਏ ਉਸ 'ਚ ਵੀ ਗੁਜਰਾ ਕੁੱਕੇ ਹੋਇਆ ਤਰੇ ਬਾਲਾਂ 'ਤੇ ਤਰੇ ਛੱਕੇ ਪੇਸ ਪਹਿਲਾਂ ਤਾਂ ਬੜਾ ਟਾਈਟਿੰਗ ਵਾਲਾ ਜੈਕ ਬਣਿਆ ਸਾ ਬਾਹਾਂ ਲੰਮੀਆਂ ਕਰ ਕਰਕੇ ਫੋਟੋ ਖਿਚਾਉਂਦਾ ਸਾ ਫਿਰ ਕੀ ਹੋ ਗਿਆ ਸੋਹਣਾ ਐਂਡ ਵਿੱਚ ਮੈਂ ਉਸ ਲੰਮੇ ਦਾਦਾ ਕੋ ਆਖਿਆ ਸੀ ਹਵਾ ਗੁਜਰਾ ਤੂੜੀ ਸਮਾਇਲ ਬੜੀ ਨੈਸ਼ ਹੈ ਤੂੰ 'ਚ ਬਾਮੂ ਕਰਕੇ ਨਾ ਹੱਸਿਆ ਕਰ ਅਸਾਂ ਕੋ ਨਜ਼ਰ ਲਗਾ ਸੇ ਤੂੰ ਬਸ ਨਜ਼ਰ ਲੱਗ ਗਈ ਅਸਾਂ ਕੋ ਮਹੱਲੇ ਦੇ ਨਿੱਕੇ ਨਿੱਕੇ ਕੁੱਤੇ ਬੱਚੇ ਲਿਮ ਲਲੇ ਅਸਾਂ ਕੋ ਠੱਠੇ ਕਰ ਮੈਂ ਹਸਨ ਅਲੀ ਕੋ ਪੁੱਛਿਆ ਆਪਾਂ ਮਰੀ ਪਈ ਆ ਸੀ ਹੱਥ ਟੁੱਟੇ ਸੀ ਤੂੰ ਕੈਚ ਕਿਵੇਂ ਕੀਤਾ ਮੁਗੋ ਆਖਦਾ ਦੇਖੋ ਜੀ ਮੁਗੋ ਪ੍ਰੈਸ਼ਰਾਂ ਵਿੱਚ ਸਿਰਫ ਟੱਟੀ ਆਉਂਦੀ ਹੈ ਕੈਚ ਕਰਨਾ ਨਹੀਂ ਮੁਗੋ ਆਉਂਦਾ ਚਲੋ ਬੜੀ ਗੱਲ ਹੈ ਸੈਮੀਫਾਈਨਲ ਤੱਕ ਆਇਆ ਆਪਣੇ ਹਮਸਾਇਆ ਕੋਲੋਂ ਤਾਂ ਠੀਕ ਹੀ ਰਹੇ ਹਾਂ ਅਸੀਂ